ਰੈਜ਼ਿਸਟਿੰਗ ਬੰਦ ਤਾਂ ਉੱਪਰ ਪਾਸੇ ਲੋਕਾਂ ਨੂੰ ਦਿਖਾਉਣ ਲਈ ਹੋ ਰਹੀਆਂ ਨੇ। ਇਹਦੇ ਵਿੱਚ ਕਈ ਚੋਰ ਮੋਰੀਆਂ ਨੇ ਜਿਨ੍ਹਾਂ ਦੇ ਰਾਹੀਂ ਰੈਜ਼ਿਸਟਿੰਗ ਹੋ ਵੀ ਰਹੀਆਂ। ਆਮ ਆਦਮੀ ਦਾ ਕੀ ਕਸੂਰ ਆ? ਉਹ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਜਾਂਦਾ ਰਜਿਸਟਰੀ ਕਰਾਉਣ ਤੇ ਉਹਦੀ ਉੱਥੇ ਰਜਿਸਟਰੀ ਨਹੀਂ ਹੁੰਦੀ। ਚੱਲ ਜੀ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸਰਪੰਚ ਮੀਕਾ ਗਿੱਲ, ਪੰਜਾਬ ਯੂਥ ਫੈਡਰੇਸ਼ਨ ਤੋਂ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਜਦੋਂ ਤੇ ਸਰਕਾਰ ਆਈ ਆ, ਜਿਹੜੀਆਂ ਰਜਿਸਟਰੀਆਂ ਨੇ ਉਹ ਕਿਸੇ ਨਾ ਕਿਸੇ ਤਰੀਕੇ ਐਨ ਓ ਸੀ ਦੀ ਵਜ੍ਹਾ ਕਰਕੇ ਬੰਦ ਹੋ ਰਹੀਆਂ ਨੇ। ਰਜਿਸਟਰੀਆਂ ਬੰਦ ਤਾਂ ਉੱਪਰ ਪਾਸੇ ਲੋਕਾਂ ਨੂੰ ਦਿਖਾਉਣ ਲਈ ਹੋ ਰਹੀਆਂ ਨੇ, ਇੰਟਰਨਲ ਇਹਦੇ ਵਿੱਚ ਕਈ ਚੋਰ ਮੋਰੀਆਂ ਨੇ ਜਿਨ੍ਹਾਂ ਦੇ ਰਾਹੀਂ ਰਜਿਸਟਰੀਆਂ ਹੋ ਵੀ ਰਹੀਆਂ ਨੇ। ਇੱਕ ਆਮ ਆਦਮੀ ਦਾ ਕੀ ਕਸੂਰ ਆ ਕਿ ਉਹ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਜਾਂਦਾ ਰਜਿਸਟਰੀ ਕਰਾਉਣ ਤੇ ਉਹਦੀ ਉੱਥੇ ਰਜਿਸਟਰੀ ਨਹੀਂ ਹੁੰਦੀ? ਉਹਦਾ ਤਾਂ ਕੋਈ ਕਸੂਰ ਨਹੀਂ ਨਾ, ਉਹਨੇ ਤਾਂ ਕਲੋਨੀ ਤਾਂ ਕਲੋਨਾਈਜ਼ਰ ਤੋਂ ਪਲਾਟ ਲਿਆ। ਇੱਕ ਕਿਸੇ ਵੀ ਬੰਦੇ ਦਾ ਇੱਕ ਬੜਾ ਵਧੀਆ ਸੁਪਨਾ ਹੁੰਦਾ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਆਪਣਾ ਘਰ ਬਣਾਵਾਂ। ਜਦੋਂ ਉਹ ਬੰਦਾ ਕਿਸੇ ਕਲੋਨਾਈਜ਼ਰ ਤੋਂ ਪਲਾਟ ਲੈਂਦਾ, ਉਸ ਤੋਂ ਬਾਅਦ ਉਹਨੂੰ ਫੁੱਲ ਪੇਮੈਂਟ ਦੇਣ ਤੋਂ ਬਾਅਦ ਜਦੋਂ ਉਹ ਰਜਿਸਟਰੀ ਕਰਾਉਣ ਜਾਂਦਾ, ਰਜਿਸਟਰੀ ਦੇ ਵੇਲੇ ਉਹਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਕਿ ਤੇਰੇ ਕੋਲ ਐਨ ਓ ਸੀ ਹੈ ਨਹੀਂ, ਫਿਰ ਉਹ ਕੋਈ ਚੋਰ ਮੋਰੀ ਲੱਭਦਾ। ਜਿਹੜੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੋਂਦ ਵਿੱਚ ਆਈ ਆ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ, ਫਿਰ ਉਹਨੂੰ ਉਸੇ ਭ੍ਰਿਸ਼ਟਾਚਾਰ ਵੱਲ ਝੁਕਣਾ ਪੈਂਦਾ, ਉੱਧਰ ਵੱਲ ਜਾਣਾ ਪੈਂਦਾ, ਚੋਰ ਮੋਰੀ ਲੱਭਣੀ ਪੈਂਦੀ ਆ। ਉਹਦੇ ਵਿੱਚ ਉਹ 10-15 ਹਜ਼ਾਰ ਵੱਧ ਦੇ ਕੇ ਰਜਿਸਟਰੀ ਕਰਵਾ ਲੈਂਦਾ। ਬਹੁਤ ਸਾਰੀਆਂ ਜਗ੍ਹਾ ਇਹੀ ਹੋ ਰਿਹਾ। ਉੱਪਰੋਂ ਦਿਖਾਉਣ ਨੂੰ ਐਨ ਓ ਸੀਆਂ ਬੰਦ ਨੇ, ਐਨ ਓ ਸੀ ਨਾ ਹੋਣ ਕਰਕੇ, ਨਾ ਮਿਲਣ ਕਰਕੇ ਉਹ ਰਜਿਸਟਰੀਆਂ ਬੰਦ ਨੇ, ਪਰ ਚੋਰ ਮੋਰੀਆਂ ਰਾਹੀਂ ਕਈ ਰਜਿਸਟਰੀਆਂ ਹੋ ਰਹੀਆਂ ਨੇ। ਚਲੋ, ਮੇਰਾ ਇਹ ਵਿਸ਼ਾ ਨਹੀਂ ਹੈਗਾ, ਮੇਰਾ ਵਿਸ਼ਾ ਇਹ ਆ ਕਿ ਮੈਂ ਸਰਕਾਰ ਅੱਗੇ, ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਬੇਨਤੀ ਕਰਦਾ ਕਿ ਜਿਹੜੀਆਂ ਕਾਰਪੋਰੇਸ਼ਨ ਤੋਂ ਬਾਹਰ ਕਲੋਨੀਆਂ ਨੇ, ਉਹਨਾਂ ਨੂੰ ਇੱਕ ਲੰਬਸਮ ਅਮਾਊਂਟ ਪਰ ਏਕੜ ਦੇ ਹਿਸਾਬ ਨਾਲ ਲਗਾਈ ਜਾਵੇ ਕਲੋਨਾਈਜ਼ਰ ਨੂੰ ਕਿ ਵੀ ਜੇ ਤੂੰ ਆਹ ਇੱਕ ਕਲੋਨੀ ਕੱਟੀ ਆ, ਤੈਨੂੰ 1 ਏਕੜ ਦੀ ਕੱਟੀ ਆ, ਤਾਂ ਤੂੰ 5 ਲੱਖ ਰੁਪਇਆ ਸਰਕਾਰ ਨੂੰ ਭਰਾ ਦੇ, ਤੈਨੂੰ ਐਨ ਓ ਸੀ ਇਸ਼ੂ ਕਰ ਦਿੰਦੇ ਹਾਂ, ਤੈਨੂੰ ਐਨ ਓ ਸੀ ਜਾਰੀ ਕਰ ਦਿੰਦੇ ਹਾਂ, ਤੂੰ ਜਿੰਨੀਆਂ ਮਰਜ਼ੀ ਰਜਿਸਟਰੀਆਂ ਕਰਾ। ਕਿਉਂਕਿ ਕੋਈ ਵੀ ਇੱਕ ਪਲਾਟ ਵਿਕਦਾ, ਉਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ। ਪਹਿਲਾਂ ਜਿਹੜਾ ਬੰਦਾ ਪਲਾਟ ਸੇਲ ਕਰਦਾ, ਉਸ ਦੀ ਪ੍ਰੋਪਰਟੀ ਹੁੰਦੀ ਆ, ਉਹ ਸੇਲ ਕਰਦਾ, ਉਹਨੇ ਕੋਈ ਅੱਗੇ ਕੰਮ ਸੋਚੇ ਹੁੰਦੇ ਨੇ ਤਾਂ ਹੀ ਉਹ ਪਲਾਟ ਵੇਚਦਾ ਆਪਣਾ। ਸੈਕਿੰਡ, ਉਹ ਡੀਲਰ ਜਿਹੜੇ ਕਮਾਉਂਦੇ ਨੇ ਉਹਨਾਂ ਦਾ ਰੁਜ਼ਗਾਰ ਜੁੜਿਆ ਹੋਇਆ। ਥਰਡ, ਜਿਹੜੇ ਬੰਦੇ ਰਜਿਸਟਰੀਆਂ ਲਿਖਦੇ ਆ, ਮੁਖਤਿਆਰਨਾਮੇ ਲਿਖਦੇ ਆ, ਤਹਿਸੀਲਾਂ ਦੇ ਵਿੱਚ ਬੈਠਦੇ ਆ, ਉਹਨਾਂ ਦਾ ਰੁਜ਼ਗਾਰ, ਨੋਟਰੀ ਪਬਲਿਕ ਦਾ ਰੁਜ਼ਗਾਰ, ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ। ਇਸੇ ਤਰ੍ਹਾਂ ਜਦੋਂ ਮਕਾਨ ਬਣਨਾ ਸ਼ੁਰੂ ਹੁੰਦਾ ਅਤੇ ਦਿਹਾੜੀਦਾਰ ਮਜ਼ਦੂਰਾਂ ਦਾ, ਮਿਸਤਰੀਆਂ ਦਾ, ਠੇਕੇਦਾਰਾਂ ਦਾ, ਮਟੀਰੀਅਲ ਵਾਲਿਆਂ ਦਾ, ਬਿਲਡਿੰਗ ਮਟੀਰੀਅਲ ਦਾ ਅਤੇ ਆਪਣੇ ਸੈਂਟਰੀ ਦਾ, ਇਲੈਕਟ੍ਰੀਸ਼ਨ ਦਾ, ਈਵਨ ਕਿ ਸਰੀਆ ਬੰਨਣ ਵਾਲੇ ਅਲੱਗ, ਸਰੀਏ ਵਾਲਿਆਂ ਦਾ ਜਿਨ੍ਹਾਂ ਤੋਂ ਸਰੀਆ ਲੈ ਕੇ ਆਉਣਾ, ਕਾਫੀ ਸਾਰੇ ਲੋਕਾਂ ਦਾ ਰੁਜ਼ਗਾਰ ਇੱਕ ਪਲਾਟ ਦੇ ਨਾਲ ਜੁੜਿਆ ਹੋਇਆ। ਅਤੇ ਮੇਰੀ ਸਰਕਾਰ ਅੱਗੇ ਗੁਜ਼ਾਰਿਸ਼ ਆ ਕਿ ਤੁਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਹੋ, ਜੀ ਸਦਕੇ ਕਰੋ, ਪਰ ਉਹਦਾ ਸਲਿਊਸ਼ਨ ਵੀ ਕੱਢ ਕੇ ਦਿਓ ਨਾ। ਤੁਸੀਂ ਆਪਣੇ ਆਪ ਹੀ ਨਾ ਜਿੰਨਾ ਕਿਸੇ ਨੂੰ ਟਾਈਟ ਕਰੀ ਜਾਓਗੇ, ਉਹਨਾਂ ਕੋਈ ਸਾਹ ਲੈਣ ਦੀ ਚੋਰ ਮੋਰੀ ਤਾਂ ਲੱਭੂਗਾ। ਸੋ ਤੁਸੀਂ ਇੱਕ ਲੰਬਸਮ ਅਮਾਊਂਟ ਰੱਖ ਦਿਓ, 5 ਏਕੜ ਪਰ, 5 ਲੱਖ ਰੁਪਇਆ ਪਰ ਏਕੜ ਨੂੰ, ਜਿਹੜੀਆਂ ਕਾਰਪੋਰੇਸ਼ਨ ਤੋਂ ਬਾਹਰ ਕਲੋਨੀਆਂ ਨੇ ਉਹਨਾਂ ਨੂੰ ਪਰ 5 ਲੱਖ ਰੁਪਇਆ ਪਰ ਏਕੜ ਲਗਾ ਦਿੱਤਾ ਜਾਵੇ, ਤਾਂ ਕਿ ਐਨ ਓ ਸੀਆਂ ਮਿਲੀ ਜਾਣ, ਉਹਨਾਂ ਕੋਲ ਐਨ ਓ ਸੀ ਹੋਵੇ, ਕਲੋਨਾਈਜ਼ਰਾਂ ਕੋਲ ਰਜਿਸਟਰੀਆਂ ਹੋਣ, ਅਤੇ ਤੁਹਾਡੇ ਤਹਿਸੀਲ ਦੇ ਵਿੱਚ ਕਿਸੇ ਆਮ ਆਦਮੀ ਪਾਰਟੀ ਨੂੰ ਉੱਥੇ ਕੋਈ 10-15 ਹਜ਼ਾਰ ਰੁਪਇਆ ਰਿਸ਼ਵਤ ਨਾ ਦੇਣੀ ਪਵੇ। ਦੂਸਰੀ ਗੱਲ, ਇਹਦੇ ਨਾਲ ਜਿਹੜਾ ਸਰਕਾਰ ਆ, ਸਰਕਾਰ ਨੂੰ ਬਹੁਤ ਭਾਰੀ ਆਮਦਨ ਹੋਊਗੀ। ਤੁਸੀਂ ਅੱਜ ਲਾ ਲਓ ਕਿ ਪੰਜਾਬ ਦੇ ਵਿੱਚ ਕਿੰਨੀਆਂ ਹਜ਼ਾਰਾਂ ਏਕੜ ਦੇ ਵਿੱਚ ਇਹ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ। ਦੇਖੋ, ਤੁਸੀਂ ਉਹ ਕਲੋਨੀਆਂ ਨੂੰ ਢਾਹ ਕੇ, ਲੋਕਾਂ ਦੇ ਬਣੇ ਹੋਏ ਮਕਾਨਾਂ ਨੂੰ ਢਾਹ ਕੇ ਲੋਕਾਂ ਦਾ ਕੀ ਸਮਾਰ ਦਵੋਗੇ? ਦਿਹਾੜੀਆਂ ਕਰ ਕਰਕੇ, ਕਿਣਕਾਂ ਕਿਣਕਾਂ ਜੋੜ ਕੇ ਲੋਕ ਆਪਣਾ ਮਕਾਨ ਬਣਾਉਂਦੇ ਨੇ, ਇੱਕ ਆਸ਼ਿਆਨਾ ਬਣਾਉਂਦੇ ਨੇ ਆਪਣੇ ਰਹਿਣ ਲਈ। ਅਤੇ ਸਰਕਾਰ ਅੱਗੇ ਮੇਰੀ ਗੁਜ਼ਾਰਿਸ਼ ਆ ਕਿ ਇਹ ਚੀਜ਼ ਵੱਲ ਗੌਰ ਕੀਤਾ ਜਾਵੇ, ਜਿਹੜੀਆਂ ਸ਼ਹਿਰੀ ਕਲੋਨੀਆਂ ਨੇ ਉਹਨਾਂ ਦਾ ਉਸ ਤਰ੍ਹਾਂ ਦਾ ਰੇਟ ਰੱਖਿਆ ਜਾਵੇ, ਐਨ ਓ ਸੀ ਜਾਰੀ ਕਰਨ ਲਈ ਹੁਣ। ਕਿਉਂਕਿ ਤੁਸੀਂ ਕਹੋਗੇ ਕਿ ਹੁਣ ਸਹੀ ਸਾਤੋਂ ਬਿਨਾਂ ਪੁੱਛੇ ਜੀ ਇੰਨੇ ਸਾਲ ਤੋਂ ਇਹ ਨਹੀਂ ਕੀਤੀਆਂ ਹੋਈਆਂ ਹੈਗੀਆਂ, ਅਸੀਂ ਤਾਂ ਢਾਉਣੀਆਂ ਨੇ, ਉਹਦੇ ਨੁਕਸਾਨ ਕਿਹਦਾ ਹੁੰਦਾ? ਆਮ ਆਦਮੀ ਪਾਰਟੀ ਦਾ ਹੁੰਦਾ। ਅਤੇ ਆਪਣੀ ਤੁਹਾਡੀ ਆਮ ਆਦਮੀ ਪਾਰਟੀ ਦੀ ਆਪਣੀ ਸਰਕਾਰ ਬਣੀ ਆ, ਕਮ ਸੇ ਕਮ ਜੇ ਆਮ ਆਦਮੀ ਨਹੀਂ ਖੁਸ਼ ਹੋਊਗਾ ਇਹਦੇ ਵਿੱਚ, ਹੋਰ ਖੁਸ਼ ਕਿਹਨੂੰ ਕਰਨਾ? ਕਿਸੇ ਵੱਡੇ ਵੱਡੇ ਕਲੋਨਾਈਜ਼ਰ ਨੇ ਤਾਂ ਉਹਨਾਂ ਨੇ ਤਾਂ ਵੱਡੀ ਤਕੜੀ ਅਮਾਊਂਟ ਭਰ ਕੇ ਆਪਦਾ ਐਨ ਓ ਸੀਆਂ ਲੈ ਲੈਣੀਆਂ ਨੇ, ਉਹਨਾਂ ਦਾ ਕੋਈ ਚੋਰ ਮੋਰੀਆਂ ਰਾਹੀਂ ਵੀ ਲੈ ਲੈਣੀਆਂ ਨੇ ਜੇ ਨਹੀਂ ਹੈਗਾ ਤਾਂ। ਸੋ ਮੇਰੀ ਸਰਕਾਰ ਅੱਗੇ ਗੁਜ਼ਾਰਿਸ਼ ਆ ਕਿ ਇੱਕ ਲੰਬਸਮ ਅਮਾਊਂਟ ਸੈੱਟ ਕੀਤੀ ਜਾਵੇ, ਕੋਈ 5 ਲੱਖ ਦੇ ਕਰੀਬ ਪਰ ਏਕੜ ਦੀ ਅਮਾਊਂਟ ਸੈੱਟ ਕੀਤੀ ਜਾਵੇ, ਜਿਹਦੇ ਨਾਲ ਸਰਕਾਰ ਦੇ ਇੱਕੋ ਦਮ ਨਾਲ ਤਾਂ ਸਰਕਾਰ ਕੋਲ ਪੈਸੇ ਆ ਜਾਣਗੇ, 1 ਮਹੀਨੇ ਦੇ ਵਿੱਚ ਵਿੱਚ ਸਾਰਿਆਂ ਨੇ ਆਪਦੀਆਂ ਕਲੋਨੀਆਂ ਰੈਗੂਲਰ ਕਰਾ ਲੈਣੀਆਂ। ਇੰਨਾ ਸਰਕਾਰੇ ਕੋਈ ਵੀ ਪਾਗਲ ਨਹੀਂ ਹੈਗਾ ਕਿ ਉਹ ਚੋਰੀ ਕਰੇ, ਪਰ ਜੇ ਕੋਈ ਗਲ 'ਚ ਗੁੱਠਾ ਦਊਗਾ ਤਾਂ ਉਹਨਾਂ ਨੂੰ ਚੋਰੀ ਕਰਨ ਲਈ, ਚੋਰੀ ਕਰਾਉਣ ਲਈ ਮਜਬੂਰ ਹੋਣਾ ਪਊਗਾ। ਅਤੇ ਅਫਸਰਾਂ ਨੇ ਤਾਂ ਚੋਰ ਮੋਰੀਆਂ ਉਹਨਾਂ ਨੂੰ ਦੱਸ ਹੀ ਦੇਣੀਆਂ ਨੇ।
ਸੋ ਮੇਰੀ ਬੇਨਤੀ ਆ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ। ਸੋ ਭਗਵੰਤ ਮਾਨ ਜੀ ਇਸ ਗੱਲ ਵੱਲ ਜ਼ਰੂਰ ਧਿਆਨ ਦਿਓ। ਧੰਨਵਾਦ।